ਸਾਡੀਆਂ ਗੱਲਾਂ ਦਾ ਜਵਾਬ ਦੇ। ਅਸੀਂ ਸਾਡੇ ਨਹੀਂ ਹੋਣਾ, ਅਸੀਂ ਰਸਤਾ ਨਹੀਂ ਰੋਕਣਾ। ਉੱਤਰ ਕੇ ਆ, ਅਸੀਂ ਧੁੱਪ ਵਿੱਚ ਬੈਠੇ ਸਰਦਾਰ ਜੀ। ਨਹੀਂ ਅਸੀਂ ਕਾਰਨ ਦਾ ਪੰਜਾਬ ਜਾਂ ਹਰਿਆਣਾ ਸਰਕਾਰ ਦਾ ਮੁੱਦਾ ਹੈ, ਠੀਕ ਹੈ ਜੀ। ਪੰਜਾਬ 'ਚ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਔਰ ਜਿਹੜਾ ਐਸਐਸਟੀ ਉਹਨੂੰ ਛੇਤੀ ਪਾ ਲਿਆ ਮੇਰਾ ਵੀ ਬੇਟਾ, ਠੀਕ ਆ। ਇਹ 'ਚ ਮੈਨੂੰ ਵੀ ਤਕਲੀਫ ਹੈ, ਜਲਦੀ ਕਰੋ, ਕੋਈ ਗੱਲ ਨਹੀਂ, ਉਹਨੂੰ ਇਨਸਾਫ ਮਿਲੂਗਾ। ਔਰ ਜਿਹੜਾ ਕੋਰਟ ਜੋ ਫੈਸਲਾ ਕਰੂਗਾ, ਜਿਹੜੀ ਸਰਕਾਰ ਦੇ ਵੀ, ਉਹ ਉਹਨਾਂ ਨੂੰ ਜ਼ਰੂਰ ਉਸ ਬੱਚੇ ਨੂੰ ਇਨਸਾਫ ਮਿਲੂਗਾ। ਦੇਖੋ ਤੁਸੀਂ ਵੀ, ਉਹ ਮੈਨੂੰ ਵੀ ਪਤਾ ਕਿ ਜੋ ਚਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ, ਪਰ ਉਹਦੇ ਇਨਸਾਫ ਲਈ ਆਪਾਂ ਜ਼ਰੂਰ ਲੜਾਈ। ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਆ, ਕਿਹਦੀ ਸੀ? ਹਰਿਆਣੇ ਦੇ ਵਿੱਚ ਸਰਕਾਰ ਬਾਰਡਰ ਹੈ ਜੀ, ਹਰਿਆਣੇ ਦੇ ਵਿੱਚ ਬੀਬੀ ਜੀ ਭੈਣ ਜੀ, ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ? ਇਹ ਗੱਲਾਂ ਉਹਨਾਂ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ? ਅਸੀਂ ਜਿਹੜੇ ਮੇਰੀ ਬੇਨਤੀ ਸੁਣ ਲਓ, ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋਇਆ ਬਣਿਆ ਕਿ ਨਹੀਂ ਬਣਿਆ? ਪਹਿਲਾ ਫੈਸਲਾ ਇਹ ਹੋਇਆ ਸੀ, ਆਪਾਂ ਜਦੋਂ ਬੀਜੀ ਫੈਸਲਾ ਕਰਕੇ ਆਏ ਆ, ਉੱਥੋਂ ਆਪਣੇ ਫੈਸਲੇ ਮਨਵਾ ਕੇ ਉੱਠ ਕੇ ਆਏ ਆ, ਮਨਵਾ ਲਏ, ਹਨਾ, ਲਾਗੂ ਕਰਾਉਣੇ ਹੋ ਗਏ ਨਾ, ਲਾਗੂ ਨਹੀਂ ਨਾ ਹੋਏ, ਐਮਐਸਪੀ ਪੰਜਾਬ 'ਚ ਲਾਗੂ ਹੈ। ਕੱਲ ਤੁਹਾਡਾ ਉਮੀਦਵਾਰ ਇੱਕ ਹੰਸਰਾਜ ਵਾ, ਰਾਤੀ ਇੰਨਾ ਗਲਤ ਬੋਲਿਆ, ਜੇ ਤਾਂ ਸਾਡਾ ਕੋਈ ਤੁਹਾਡੀ ਪਾਰਟੀ ਦਾ ਮੈਨੂੰ ਦੇਖੋ, ਮੈਂ ਡੰਡੇ ਦੇ ਯਾਰ ਹੋਏ ਦੂਏ ਜਣੇ, ਮੈਂ ਆਪਣੀ ਗੱਲ ਕਰ ਰਹੀ ਹਾਂ, ਮੇਰੇ ਪੈਰੀ ਪਹਿਣਗੇ। ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ, ਜੇ ਮੈਂ ਤੁਹਾਡਾ ਦਰਦ ਸਮਝਦੀ ਹਾਂ ਤਾਂ ਮੈਂ ਤੁਹਾਨੂੰ